حضرت ابراہیم خلیل اللہ ایک دن ستے پیا، اللہ دی ذات نے خواب دے وچ دسیا کہ اے میرے پیارے، اے میرے محبوب، صبح اٹھ کے قربانی دیو. حضور دی ذات پاک جدوں اٹھے، اٹھ کے انہاں نے قربانیاں دتیاں، گائیاں دیاں، اوٹھاں دیاں. اگلی رات پھر سو گئے. پھر اللہ دی ذات نے فرمایا کہ دوست، اس چیز دی قربانی دیو جیڑی تہانوں دنیا تو سب سے اعلیٰ چیز پیاری آ. حضور دی ذات پاک جدو اٹھے سوچیا کہ بچیاں نال تو کوئی چیز بھی پیاری نہیں. جناب علی، ایک اللہ دے راستے دے اتے اپنے بیٹے نو قربان کر دیا، پلا بھائی کیسے جبا کر کے دس دیا. جاگ پہ کلیلہ کا نے حکم، جاگ پہ کلیلہ کا.
ਹਾਰੋ
ਮੀਆਂ ਰਾਂਝਾ ਕਾਲੇ ਬਾਗਾਂ 'ਚ ਪਹਿਲੇ ਬੈਠਾ ਸੀਗਾ, ਹੁਣ ਆਉਂਦਾ ਖੇੜਿਆਂ ਦੇ ਵਿੱਚ ਫੇਰੀ ਪਾਉਣ ਵਾਸਤੇ। ਤੁਰਿਆ ਫਿਰਦਾ ਕੀ ਲੱਗਾ ਦੇਖਣ, ਹੀਰ ਵੀ ਇਕੱਲੀ ਬੈਠੀ ਆ, ਸਵਾ ਹੱਥ ਖੁੰਡ ਕੱਢ ਕੇ ਬੈਠੀ ਆ। ਇੱਕ ਮੀਆਂ ਰਾਂਝਾ ਆ ਕੇ ਹੀਰ ਦੇ ਨਾਲ ਜਵਾਬ ਕਰਦਾ ਵੀ ਆਸ਼ਕਾਂ ਕੋਲੋਂ ਖੁੰਡ ਜਾਇਜ਼ ਨਹੀਂ ਹੁੰਦਾ। ਇੱਕ ਹੀਰ ਦੇ ਨਾਲ ਜਵਾਬ ਕਰਦਾ, ਭਲਾ ਬਈ ਕੈਸੇ ਜਵਾਬ ਕਰਕੇ ਦੱਸਦਾ। ਆ ਕੇ
ਬੰਦਾ ਕਿੱਡੇ ਕਿੱਡੇ ਕੰਮ ਕਰਦਾ, ਚੰਗੇ ਵੀ ਕਰਦਾ ਭੈੜੇ ਵੀ ਕਰਦਾ, ਆਖਿਰ ਅੱਲਾ ਦੀ ਜ਼ਾਤ ਦੀ ਕਚਹਿਰੀ ਦੇ ਵਿੱਚ ਪੇਸ਼ ਹੋਣਾ। ਇੱਕ ਸ਼ਾਇਰ ਨੇ ਇਸ ਚੀਜ਼ ਦੀ ਵੰਡ ਕਰਕੇ ਦੱਸੀ ਆ, ਭਲਾ ਵੇ ਕੈਸੇ ਜਵਾਬ ਕੀਤੇ ਆ।
ਲਲਾਰੀ ਕੌਣ ਸੀਗਾ? ਇੱਕ ਡੋਰੀਆ ਰਗਾਉਣ ਵਾਸਤੇ ਜਾਂਦੀ ਆ, ਕੈਸਾ ਡੋਰੀਆ ਰਗਾਉਂਦੀ ਆ?
देख देख के सोना डांगे होवे डोरिया रंग दे मेरा रंग दे अगे नो के सैती कहती वे जोगिया कोई पुछया भी दिना जा एवे पिंडा दे विच तुरिया फिरदा वो आखण लगा भी पुछ केड़ी गल पुछनी आ जनाबे आली सैती ने की कीता चीची दे विचो चांदी दा छला लैके इस तरह मुठी दे विच घुट लिया लै जोगिया जे तां मेरी मुठी दे विच दस पे केड़ी चीज आ की मैं खा के आई आ की हुण मैं घर जाके खाऊंगी की मेरा ना आ की मेरे बाप दा ना आ जे तां गल्लां दस देवेगा फिर मेरी गुत मुल जे ते तो ना गल्लां दसियां गईयां फिर कहन लगी मार मार के फौड़े पिंड ते बाहर कढ दूं मुंदरा तेरियां ला लूं रांझा कहंदा अगे नूं हो जा हुण जनाबे अली रांझा दसदा ते सैती पुछदी आ भला वेई कैसे जवाब करके दसदी आ मैनू बहुत सोहना लगदा गल सुन
ਸ਼ਕਲ ਦੇਖੀ ਖੁਸ਼ ਹੋ ਗਈ ਭੱਜੀ ਭੱਜੀ ਆਉਂਦੀ ਆ ਹੀਰ ਦੇ ਕੋਲ ਨੀ ਭਾਬੀ ਇੱਕ ਕਾਲੇ ਬਾਗਾਂ ਦੇ ਵਿੱਚ ਫੱਕਰ ਆਇਆ ਰੱਬ ਦੇ ਦਰਵੇਸ਼ ਆਇਆ ਤੂੰ ਤਾਂ ਮੰਜੇ ਤੇ ਪਈ ਰਹਿੰਦੀ ਆ ਜੇ ਉਹਨਾਂ ਦੀ ਸ਼ਕਲ ਜਾ ਕੇ ਦੇਖ ਲਵੇ ਸਾਰੇ ਰੋਗ ਤੇਰੇ ਦੂਰ ਹੋ ਜਾਣਗੇ ਮਿਹਰਬਾਨ ਹੀਰ ਦੇ ਉਸੇ ਵੇਲੇ ਸਹਿਤੀ ਹੀਰ ਦੇ ਨਾਲ ਕਿਹੜੇ ਜਵਾਬ ਕਰ ਗਿਆ ਤੇ ਹੀਰ ਸਹਿਤੀ ਦੇ ਨਾਲ ਕਿਹੜੇ ਜਵਾਬ ਕਰਕੇ ਦੱਸਦੀ ਆ Thank you.
ਖਰਾਬੇ ਵਾਲੀ ਆਸ਼ਕ ਲੋਕ ਜਿਹੜੇ ਹੁੰਦੇ ਆ ਇਸੇ ਤਰ੍ਹਾਂ ਦੇ ਦੀਵਾਨੇ ਹੁੰਦੇ ਆ। ਮਜਨੂੰ ਜਦੋਂ ਲੈਲਾ ਲੈਲਾ ਕਰਦਾ, ਮਜਨੂੰ ਦੇ ਬਾਪ ਨੇ ਆਮਰੀ ਨੇ ਸੋਚਿਆ ਵੀ ਇਹ ਤਾਂ ਇਸ ਗੱਲ ਦਾ ਖਹਿੜਾ ਨਹੀਂ ਉਹ ਛੱਡਦਾ। ਦੋ ਚਾਰ ਉਹਨੇ ਆਪਣੇ ਭਾਈ ਮਹੱਲੇਦਾਰ ਹਕਮ ਸਾਏ ਇਕੱਠੇ ਕਰ ਲਏ ਭਾਈ ਚਲੋ ਵੀ ਇਸ ਤਰ੍ਹਾਂ ਕਰੀਏ, ਲੈਲਾ ਦੇ ਬਾਪ ਦੇ ਕੋਲ ਚੱਲੀਏ, ਅਬਦੁੱਲਾ ਦੇ ਕੋਲ ਚੱਲੀਏ, ਹੋਦਰੇ ਵੀ ਉਹਨੇ ਕਿਤੇ ਆਪਣੀ ਲੜਕੀ ਦਾ ਰਿਸ਼ਤਾ ਕਰਨਾ, ਜੇ ਸਾਨੂੰ ਦੇ ਦੇਵੇ ਕੈਸ ਵਾਸਤੇ ਲੜਕੀ ਦਾ ਰਿਸ਼ਤਾ, ਇਹਨਾਂ ਦਾ ਰੋਜ਼ ਦਾ ਮੁਸੀਬਤ ਤਾਂ ਕੱਟੀ ਜਾਊਗੀ। ਜਨਾਬੇ ਵਾਲੀ ਇਕੱਠੇ ਹੋ ਕੇ ਲੈਲਾ ਦਾ ਰਿਸ਼ਤਾ ਲੈਣ ਵਾਸਤੇ ਜਾਂਦੇ ਆ, ਇੱਧਰ ਤਾਂ ਇਹ ਜਾਂਦੇ ਆ ਲੈਲਾ ਦਾ ਰਿਸ਼ਤਾ ਲੈਣ ਵਾਸਤੇ, ਉੱਧਰ ਮਜਨੂੰ ਵੀ ਮਗਰੇ ਚੱਲ ਜਾਂਦਾ ਜਾ ਕੇ, ਕੀ ਉੱਥੇ ਉਸ ਵੇਲੇ ਸ਼ੋਰ ਮਚਾਉਂਦਾ ਭਲਾ ਵੇ, ਕਿਹੜਾ ਜਵਾਬ ਕਰਦਾ। ਕਰਨ ਬਿਆਨ ਸਾਡੇ
ਜਦੋਂ ਅਬਦੁੱਲਾ ਦੇ ਬਾਪ ਨੇ ਕਿਹਾ ਵੀ ਮੇਰੇ ਬੂਹੇ ਤੇ ਬਾਹਰ ਚਲੇ ਜਾਓ, ਹੁਣ ਉੱਥੋਂ ਕੱਲੇ ਕੱਲੇ ਹੋ ਕੇ ਤੁਰ ਪੈ, ਫੁੱਲ ਵਰਗੇ ਹੌਲੇ ਹੋ ਗਏ, ਤੁਰੇ ਆਉਂਦੇ ਆ। ਬਾਪ ਆਮਰੀ ਕੈਸ ਦਾ ਉਹ ਆਖਣ ਲੱਗਾ, ਉਹ ਕਮਲਿਆ ਤੂੰ ਮਗਰੇ ਸਾਡੇ ਆ ਗਿਆ, ਬੇਇੱਜ਼ਤੀ ਕਰਾਈ ਤੂੰ ਸਾਡੀ, ਕਿਉਂ ਆਇਆ ਸੀਗਾ? ਉੱਥੋਂ ਤਾਂ ਖੈਰ ਨਹੀਂ ਉਹ ਪੈਣੀ। ਉਸੇ ਵੇਲੇ ਇੱਕ ਮਜਨੂੰ ਦਾ ਬਾਪ ਕੀ ਕਹਿੰਦਾ, ਜੇ ਆਵੇ ਰੇਲ ਦਸੌਰ ਨਾ ਤੇ ਕੀ ਕਰੂਗਾ ਸ਼ਹਿਰ, ਜੇ ਦਰਿਆ ਪਾਣੀ ਨਾ ਦੇਵੇ ਤਾਂ ਕੀ ਕਰੂਗੀ ਨਹਿਰ, ਜੇ ਸੂਰਜ ਰੋਕਿਆ ਬੱਦਲਾਂ ਕੀ ਕਰੂਗਾ ਵਕਤ ਦੁਪਹਿਰ, ਜੇ ਜਾਣਾ ਪਾਰ ਸਮੁੰਦਰੋਂ ਕੀ ਕਰੂਗੀ ਕੋੜੀ ਟਹਿਰ, ਜੇ ਉਮਰ ਗਵਾਲੀ ਬੇਲਿਆਂ ਕੀ ਕਰਨਾ ਪਿਛਲੇ ਪੈਰ, ਜੇ ਦਿੱਤਾ ਬੇਲੇ ਮਰਨ ਦੇ ਕੀ ਕਰੂਗਾ ਸਦਕਾ ਖੈਰ। ਉਧਰ ਤਾਂ ਕੰਢੀ ਦੇ ਵਿੱਚ ਜਾਨ ਆਈ ਹੋਣੀ ਤਾਂ ਫੇਰ ਕਹਿਣਾ ਸਦਕਾ ਦਿਓ, ਫੇਰ ਉੱਥੇ ਸਦਕਾ ਕੀ ਕਰੂਗਾ, ਜੇ ਦਿੱਤਾ ਬੇਲੇ ਮਰਨ ਦੇ ਕੀ ਕਰੂਗਾ ਸਦਕਾ ਖੈਰ, ਜੇ ਰੰਨ ਖਸਮ ਦੀ ਨਾ ਬਣੇ ਕੀ ਕਰੂਗਾ ਵੱਡਾ ਮਹਿਰ, ਭਾਵਾਂ 40,000 ਦਾ ਬੰਨ ਲਓ ਜਨਾਬੇ ਅਲੀ। ਇੱਕ ਉਸੇ ਵੇਲੇ ਕੈਸ ਦੇ ਨਾਲ ਮੀਆਂ ਮਜਨੂੰ ਦਾ ਬਾਪ ਇੱਕ ਜਵਾਬ ਕਰਦਾ, ਭਲਾ ਵੇਈ ਕੈਸੇ ਜਵਾਬ ਕਰਕੇ ਦੱਸਦਾ।